ਸੁਣ ਰਿਹਾ ਸੀਗਾ ਰਜੇ ਐਵੇਂ ਬਹੁਤ ਸੀ ਕਈ ਥਾਂ ਪ੍ਰੋਗਰਾਮ 8-10 ਪ੍ਰੋਗਰਾਮ ਸੀ, ਕਿਸੇ ਨੇ ਕਿਤੇ ਜਾਣਾ ਸੀ, ਕਿਸੇ ਨੇ ਕਿੱਥੇ ਜਾਣਾ ਸੀ, ਇਹ ਹੋ ਸਕਦਾ? ਵੈਸੇ ਮੇਰੇ ਨੌਲੇਜ 'ਚ ਇਹ ਚੀਜ਼ ਹੈ ਨਹੀਂ ਗੀ, ਮੈਂ ਜਿੰਨੇ ਕੁ ਸੱਜਣਾਂ ਨੂੰ ਲਾਏ ਆ ਉਹ ਚਾਹੇ ਕਿਸੇ ਵੀ ਗਰੁੱਪ ਦੇ ਹੋਣ, ਅੱਜ ਸਾਰੇ ਇਕੱਠੇ ਆ, ਮੈਂ ਤਾਂ ਇਹ ਨਹੀਂ ਮੰਨਦਾ। ਪਰਵਿੰਦਰ ਜੀ, ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜ ਚੁੱਕਿਆ ਹੈਗਾ, ਤਕਰੀਬਨ ਛੋਟੀਆਂ ਵੀ ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਨੇ, ਪਿੰਡਾਂ 'ਚ ਕੀ ਕਹੋਗੇ ਇਸ ਬਾਰੇ? ਦੇਖੋ, ਅਸੀਂ ਤਾਂ ਪਾਰਟੀ ਲਈ ਕੰਮ ਕਰ ਰਹੇ ਹਾਂ, ਇਹ ਪਾਰਟੀ ਨੂੰ ਮਜ਼ਬੂਤ ਕਰਨ ਲਈ, ਕਿਉਂਕਿ ਹੁਣ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਅਕਾਲੀ ਦਲ ਇਕੱਠੇ ਹੋਏ ਨੇ, ਸੋ ਸਾਡਾ ਨਿਸ਼ਾਨਾ ਇਹੀ ਹੈ ਵੀ ਅਸੀਂ ਹੋਰ ਮਜ਼ਬੂਤੀ ਲਿਆਈਏ ਪਾਰਟੀ ਦੇ ਸੰਗਠਨ ਦੇ ਵਿੱਚ ਵੀ, ਅਤੇ ਨਾਲ ਜਿਹੜਾ ਹੈ ਲੋਕਾਂ ਤੱਕ ਪਹੁੰਚ ਕਰੀਏ, ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋੜੀਏ। ਕੀ ਮੁੱਦੇ ਰਹਿਣਗੇ ਇਸ ਵਾਰ ਚੋਣਾਂ ਦੀ ਅਗਰ ਗੱਲ ਕਰੀਏ ਤਾਂ? 28 ਮੰਡੀਆਂ ਮਰਜ ਕੀਤੀਆਂ ਜਾ ਰਹੀਆਂ ਨੇਗੀਆਂ, ਕਿਸਾਨੀ ਮੁੱਦੇ ਨੂੰ ਲੈ ਕੇ ਅਗਰ ਕਿਵੇਂ? ਉਹ ਕਿਸਾਨੀ ਮੁੱਦੇ ਤਾਂ ਪੰਜਾਬ ਦੇ ਮਿਸ਼ੀ ਭਾਰੂ ਰਹੇ ਨੇ ਲੋਕਲ, ਇਹਨਾਂ ਨੂੰ ਇਹਨਾਂ ਨੇ ਵਿਜੀਲੈਂਸ ਦਾ ਡਰ ਪਾ ਰੱਖਿਆ, ਤੁਹਾਨੂੰ ਨਹੀਂ ਲੱਗ ਰਿਹਾ ਵੀ ਇੱਕ ਡਰ ਦੇ ਸਾਏ ਦੇ ਹੇਠ ਚੋਣਾਂ ਹੋ ਜਾਣੇ ਲੋਕ ਸਭਾ 'ਚ? ਦੇਖੋ, ਗੱਲ ਇਹ ਹੈ ਇਹਨਾਂ ਨੂੰ ਸੰਸਥਾਵਾਂ ਨੂੰ ਇਹਨਾਂ ਏਜੰਸੀਜ਼ ਨੂੰ ਵਰਤਣਾ ਗਲਤ ਹੈ ਸਿਆਸਤ ਦੇ ਰੂਪ 'ਚ, ਪਰ ਦੂਜੇ ਪਾਸੇ ਇਹ ਵੀ ਹੈ ਵੀ ਜੇ ਕਿਸੇ ਨੇ ਗੜਬੜ ਕੀਤੀ ਹੈ ਚਾਹੇ ਕਿਸੇ ਪਾਰਟੀ ਦਾ, ਉਹਨਾਂ ਨੂੰ ਐਂ ਵੀ ਖੁੱਲ੍ਹੇ ਨਹੀਂ ਜਾਣਾ ਚਾਹੀਦਾ। ਕੱਲ੍ਹ ਨੂੰ ਬੰਦਾ ਸੋਚੇ ਵੀ ਅਸੀਂ ਇਹ ਰੌਲਾ ਪਾ ਕੇ ਕਹਿ ਦਾਂਗੇ ਜੀ ਇਹ ਤਾਂ ਸਾਡੇ ਖਿਲਾਫ਼ ਏਜੰਸੀਆਂ ਨੂੰ ਵਰਤ ਰਹੇ ਨੇ, ਚਾਹੇ ਪੰਜਾਬ 'ਚ ਚਾਹੇ ਦਿੱਲੀ 'ਚ ਹੈ, ਜਿਹੜਾ ਕੋਈ ਜੇ ਕਿਸੇ ਨੇ ਲੁੱਟ ਕੀਤੀ ਹੈ ਤਾਂ ਉਹਨਾਂ ਨੂੰ ਉਹਦਾ ਜਿਹੜਾ ਹੈ ਹਰਜਾਨਾ ਵੀ, ਉਹਦੀ ਸਜ਼ਾ ਵੀ ਮਿਲਣੀ ਚਾਹੀਦੀ ਹੈ। ਸੋ ਦੋਨੇ ਨੇ, ਇਹਦਾ ਇੱਕ ਬੜੀ ਥਿਨ ਲਾਈਨ ਹੈ ਇਹਦੇ ਵਿੱਚ, ਜੇ ਦੇਖੀਏ ਵੀ ਜੇ ਇਹਨੂੰ ਬਿਲਕੁਲ ਏਜੰਸੀਆਂ ਨੂੰ ਆਪਾਂ ਕਹਿ ਦਈਏ ਵੀ ਸਿਆਸੀ ਦੇ ਉੱਟ ਵਰਤੀ ਨਾ ਜਾਣ, ਫਿਰ ਲੋਕ ਕਿਸੇ ਦਾ ਡਰ ਹੀ ਨਹੀਂ ਹੋਊਗਾ, ਅਤੇ ਦੂਜੇ ਪਾਸੇ ਉਹਨੂੰ ਜਿਹੜਾ ਕਿਤੇ ਨਾ ਕਿਤੇ ਉਸ ਲਾਈਨ ਕਰੋਸ ਕਰਕੇ ਜ਼ਿਆਦਾ ਧੱਕਾ ਵੀ ਜਿਹੜਾ ਉਹਦੇ ਨੂੰ ਵਰਤਣਾ ਨਹੀਂ ਚਾਹੀਦਾ। ਸੋ ਇਹਦੇ ਬਾਰੇ ਮੈਂ ਇਹ ਮੰਨਦਾ ਵੀ ਇੱਕ ਥੋੜ੍ਹੀ ਜਿਹੀ ਜਿਹੜੀ ਹੈਗੀ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਨੂੰ ਸੰਜਮ ਵਰਤਣਾ ਚਾਹੀਦਾ, ਵਰਤਣ ਇਹਨਾਂ ਨੂੰ, ਪਰ ਸੰਜਮ ਨਾਲ ਜਿਹੜਾ ਵਰਤਣਾ ਚਾਹੀਦਾ ਇਹਨਾਂ ਨੂੰ। ਪਤਾ ਨਹੀਂ ਤੇ ਚਰਚੀ ਨੇ, ਜਿੰਨਾ ਚਿਰ ਚਰਚੇ ਨੇ ਉਹਨਾਂ ਪਰ ਮੈਂ ਟਿੱਪਣੀ ਕਰ ਸਕਦਾ। ਦੇਖੋ, ਉਹ ਤਾਂ ਉਹ ਦੱਸ ਸਕਦੇ ਨੇ, ਮੈਂ ਹੁਣ ਉਹਦੇ ਬਾਰੇ ਕੀ ਟਿੱਪਣੀ ਕਰਾਂ, ਤਾਂ ਖੁਦ ਉਹਨਾਂ ਤੋਂ ਉਹ ਦੱਸ ਸਕਦੇ ਨੇ ਕੀ ਕਾਰਨ ਹੈ ਛੱਡਣ ਦਾ, ਫੈਮਿਲੀ ਕਾਰਨ ਦੱਸੇ, ਪਰਿਵਾਰਕ ਮਜ਼ਬੂਰੀਆਂ ਦੱਸੀਆਂ। ਜੇ ਅਸੀਂ ਗੱਲ ਕਰੀਏ ਦਲ ਬਾਦਲ ਚੱਲ ਰਹੀਆਂ ਨੇ, ਕਦੇ ਕੋਈ ਲੀਡਰ ਉੱਧਰ ਜਾ ਕੇ ਟਿਕਟਾਂ ਲੈ ਲੈਂਦੇ ਨੇ, ਕਦੇ ਉਹ ਕਿਵੇਂ ਦੇਖਦੇ ਚੀਜ਼ਾਂ ਨੂੰ ਦੇਖ? ਮੈਂ ਇਹ ਦੇਖੋ ਹੈ ਤਾਂ ਮਾੜੀਆਂ, ਪਰ ਇਹਦਾ ਹੁਣ ਲੋਕਾਂ ਨੇ ਫੈਸਲਾ ਕਰਨਗੇ। ਮੈਂ ਸਮਝਦਾ ਜਿਹੜੇ ਦਲ ਬਦਲੂ ਨੇ ਉਹਨਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ, ਮੈਂ ਤਾਂ ਇਹ ਆਸ ਕਰਦਾਂਗਾ ਵੀ ਜਿਹੜੇ ਵੀ ਦਲ ਬਦਲੂ ਨੇ ਉਹਨਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ। ਸੁਣ ਰਿਹਾ ਸੀਗਾ ਰਜੇ ਐਵੇਂ ਬਹੁਤ ਸੀ ਕਈ ਥਾਂ ਪ੍ਰੋਗਰਾਮ, 8-10 ਪ੍ਰੋਗਰਾਮ ਸੀ, ਕਿਸੇ ਨੇ ਕਿਤੇ ਜਾਣਾ ਸੀ, ਕਿਸੇ ਨੇ ਕਿੱਥੇ ਜਾਣਾ ਸੀ, ਇਹ ਹੋ ਸਕਦਾ? ਵੈਸੇ ਮੇਰੇ ਨੌਲੇਜ 'ਚ ਇਹ ਚੀਜ਼ ਹੈ ਨਹੀਂ ਗੀ, ਮੈਂ ਜਿੰਨੇ ਕੁ ਸੱਜਣਾਂ ਨੂੰ ਲਾਏ ਆ ਉਹ ਚਾਹੇ ਕਿਸੇ ਵੀ ਗਰੁੱਪ ਦੇ ਹੋਣ, ਅੱਜ ਸਾਰੇ ਇਕੱਠੇ ਆ, ਮੈਂ ਤਾਂ ਇਹ ਨਹੀਂ ਮੰਨਦਾ। ਪਰਵਿੰਦਰ ਜੀ, ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜ ਚੁੱਕਿਆ ਹੈਗਾ, ਤਕਰੀਬਨ ਛੋਟੀਆਂ ਵੀ ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਨੇ ਪਿੰਡਾਂ 'ਚ, ਕੀ ਕਹੋਗੇ ਇਸ ਬਾਰੇ? ਦੇਖੋ, ਅਸੀਂ ਤਾਂ ਪਾਰਟੀ ਲਈ ਕੰਮ ਕਰ ਰਹੇ ਹਾਂ, ਇਹ ਪਾਰਟੀ ਨੂੰ ਮਜ਼ਬੂਤ ਕਰਨ ਲਈ, ਕਿਉਂਕਿ ਹੁਣ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਅਕਾਲੀ ਦਲ ਇਕੱਠੇ ਹੋਏ ਨੇ, ਸੋ ਸਾਡਾ ਨਿਸ਼ਾਨਾ ਇਹੀ ਹੈ ਵੀ ਅਸੀਂ ਹੋਰ ਮਜ਼ਬੂਤੀ ਲਿਆਈਏ ਪਾਰਟੀ ਦੇ ਸੰਗਠਨ ਦੇ ਵਿੱਚ ਵੀ, ਅਤੇ ਨਾਲ ਜਿਹੜਾ ਹੈ ਲੋਕਾਂ ਤੱਕ ਪਹੁੰਚ ਕਰੀਏ, ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋੜੀਏ। ਕੀ ਮੁੱਦੇ ਰਹਿਣਗੇ ਇਸ ਵਾਰ ਚੋਣਾਂ ਦੀ ਅਗਰ ਗੱਲ ਕਰੀਏ ਤਾਂ? 28 ਮੰਡੀਆਂ ਮਰਜ ਕੀਤੀਆਂ ਜਾ ਰਹੀਆਂ ਨੇਗੀਆਂ, ਕਿਸਾਨੀ ਮੁੱਦੇ ਨੂੰ ਲੈ ਕੇ ਅਗਰ ਕਿਵੇਂ? ਉਹ ਕਿਸਾਨੀ ਮੁੱਦੇ ਤਾਂ ਪੰਜਾਬ ਦੇ ਮਿਸ਼ੀ ਭਾਰੂ ਰਹੇ ਨੇ ਲੋਕਲ, ਇਹਨਾਂ ਨੂੰ ਇਹਨਾਂ ਨੇ ਵਿਜੀਲੈਂਸ ਦਾ ਡਰ ਪਾ ਰੱਖਿਆ, ਤੁਹਾਨੂੰ ਨਹੀਂ ਲੱਗ ਰਿਹਾ ਵੀ ਇੱਕ ਡਰ ਦੇ ਸਾਏ ਦੇ ਹੇਠ ਚੋਣਾਂ ਹੋ ਜਾਣੇ ਲੋਕ ਸਭਾ 'ਚ? ਦੇਖੋ, ਗੱਲ ਇਹ ਹੈ ਇਹਨਾਂ ਨੂੰ ਸੰਸਥਾਵਾਂ ਨੂੰ ਇਹਨਾਂ ਏਜੰਸੀਜ਼ ਨੂੰ ਵਰਤਣਾ ਗਲਤ ਹੈ ਸਿਆਸਤ ਦੇ ਰੂਪ 'ਚ, ਪਰ ਦੂਜੇ ਪਾਸੇ ਇਹ ਵੀ ਹੈ ਵੀ ਜੇ ਕਿਸੇ ਨੇ ਗੜਬੜ ਕੀਤੀ ਹੈ ਚਾਹੇ ਕਿਸੇ ਪਾਰਟੀ ਦਾ, ਉਹਨਾਂ ਨੂੰ ਐਂ ਵੀ ਖੁੱਲ੍ਹੇ ਨਹੀਂ ਜਾਣਾ ਚਾਹੀਦਾ।
ਕੱਲ੍ਹ ਨੂੰ ਬੰਦਾ ਸੋਚੇ ਵੀ ਅਸੀਂ ਇਹ ਰੌਲਾ ਪਾ ਕੇ ਕਹਿ ਦਾਂਗੇ ਜੀ ਇਹ ਤਾਂ ਸਾਡੇ ਖਿਲਾਫ ਏਜੰਸੀਆਂ ਨੂੰ ਵਰਤ ਰਹੇ ਨੇ, ਚਾਹੇ ਪੰਜਾਬ 'ਚ ਚਾਹੇ ਦਿੱਲੀ 'ਚ ਹੈ, ਜਿਹੜਾ ਕੋਈ ਜੇ ਕਿਸੇ ਨੇ ਲੁੱਟ ਕੀਤੀ ਹੈ ਤਾਂ ਉਹਨਾਂ ਨੂੰ ਉਹਦਾ ਜਿਹੜਾ ਹੈ ਹਰਜਾਨਾ ਵੀ ਉਹਦੀ ਉਹਦਾ ਸਜ਼ਾ ਵੀ ਮਿਲਣੀ ਚਾਹੀਦੀ ਹੈ। ਸੋ ਦੋਨੇ ਨੇ, ਇਹਦਾ ਇੱਕ ਬੜੀ ਥਿਨ ਲਾਈਨ ਹੈ। ਇਹਦੇ ਵਿੱਚ ਜੇ ਦੇਖੀਏ ਵੀ ਜੇ ਇਹਨੂੰ ਬਿਲਕੁਲ ਏਜੰਸੀਆਂ ਨੂੰ ਆਪਾਂ ਕਹਿ ਦਈਏ ਵੀ ਸਿਆਸੀ ਦੇ ਉੱਟ ਵਰਤੀ ਨਾ ਜਾਣ, ਫਿਰ ਲੋਕ ਕਿਸੇ ਦਾ ਡਰ ਹੀ ਨਹੀਂ ਹੋਊਗਾ। ਅਤੇ ਦੂਜੇ ਪਾਸੇ ਉਹਨੂੰ ਜਿਹੜਾ ਕਿਤੇ ਨਾ ਕਿਤੇ ਉਸ ਲਾਈਨ ਕਰੋਸ ਕਰਕੇ ਜ਼ਿਆਦਾ ਧੱਕਾ ਵੀ ਜਿਹੜਾ ਉਹਦੇ ਨੂੰ ਵਰਤਣਾ ਨਹੀਂ ਚਾਹੀਦਾ। ਸੋ ਇਹਦੇ ਬਾਰੇ ਮੈਂ ਮੰਨਦਾ ਵੀ ਇੱਕ ਥੋੜ੍ਹੀ ਜਿਹੀ ਜਿਹੜੀ ਹੈਗੀ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਨੂੰ ਸੰਜਮ ਵਰਤਣਾ ਚਾਹੀਦਾ, ਵਰਤਣ ਇਹਨਾਂ ਨੂੰ ਪਰ ਸੰਜਮ ਨਾਲ ਜਿਹੜਾ ਵਰਤਣਾ ਚਾਹੀਦਾ ਇਹਨਾਂ ਨੂੰ। ਪਤਾ ਨਹੀਂ ਤੇ ਚਰਚੀ ਨੇ, ਜਿੰਨਾ ਚਿਰ ਚਰਚੇ ਨੇ ਉਹਨਾਂ ਪਰ ਮੈਂ ਟਿੱਪਣੀ ਕਰ ਸਕਦਾ। ਦੇਖੋ ਉਹ ਤਾਂ ਉਹ ਦੱਸ ਸਕਦੇ ਨੇ, ਮੈਂ ਹੁਣ ਉਹਦੇ ਬਾਰੇ ਕੀ ਟਿੱਪਣੀ ਕਰੋ ਤਾਂ ਖੁਦ ਉਹਨਾਂ ਤੋਂ ਉਹ ਦੱਸ ਸਕਦੇ ਨੇ ਕੀ ਕਾਰਨ ਹੈ ਛੱਡਣ ਦਾ, ਫੈਮਿਲੀ ਕਾਰਨ ਦੱਸੇ, ਪਰਿਵਾਰਕ ਮਜ਼ਬੂਰੀਆਂ ਦੱਸੀਆਂ। ਪ੍ਰੇਮੀ ਜੀ ਅਸੀਂ ਗੱਲ ਕਰੀਏ, ਦਲ ਬਦਲ ਚੱਲ ਰਹੀਆਂ ਨੇ, ਕਦੇ ਕੋਈ ਲੀਡਰ ਉੱਧਰ ਜਾ ਕੇ ਟਿਕਟਾਂ ਲੈ ਲੈਂਦੇ ਨੇ, ਕਦੇ ਉਹ ਕਿਵੇਂ ਦੇਖਦੇ ਚੀਜ਼ਾਂ ਨੂੰ ਦੇਖ? ਮੈਂ ਇਹ ਦੇਖੋ ਹੈ ਤਾਂ ਮਾੜੀਆਂ, ਪਰ ਇਹਦਾ ਹੁਣ ਲੋਕਾਂ ਨੇ ਫੈਸਲਾ ਕਰਨਗੇ। ਮੈਂ ਸਮਝਦਾ ਜਿਹੜੇ ਦਲ ਬਦਲੂ ਨੇ ਉਹਨਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ, ਮੈਂ ਤਾਂ ਇਹ ਆਸ ਕਰਦਾਂਗਾ ਵੀ ਜਿਹੜੇ ਵੀ ਦਲ ਬਦਲੂ ਨੇ ਉਹਨਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ।